अज हैगी तरीक 1 मार्च। जिन्हां ने पिछली वीडियो नहीं देखी उन्हां नूं दस दिए असी एट ए टाइम हैगे आ यूके च। यूके मीन्स उत्तराखंड। ਤੁਸੀਂ ਕਿੱਥੇ ਆ? ਉੱਤਰਾਖੰਡ ਚ ਹੈਗੇ ਆ ਅਸੀਂ, ਮਸੂਰੀ ਚ। ਤੇ ਟਾਈਮ ਹੋਇਆ ਹੋਇਆ ਸਵੇਰ ਦੇ 9:20। ਹੁਣੀ ਅਸੀਂ ਉੱਠੇ ਸੀ, ਹਲੇ ਸਾਡਾ ਪਹਿਲਾ ਵਲੌਗ ਅੱਜ ਅਸੀਂ ਅਪਲੋਡ ਕਰਤਾ। ਤੇ ਹੁਣ ਅਸੀਂ ਪੀਣ ਲੱਗੇ ਚਾਹ ਦੇ ਨਾਲ, ਆ ਬ੍ਰੈਡ ਜੇ ਮੰਗਾਏ ਆ। ਸੋ ਅਸੀਂ ਸੋਚਿਆ ਪਰੌਂਠੇ ਪਰੌਂਠੇ ਬਾਹਰ ਜਾ ਖਾਵਾਂਗੇ। ਹੁਣ ਇਦੂ ਬਾਅਦ ਰੈਡੀ ਹੋ ਲਈਏ। ਤੇ ਕਮਰੇ ਦੇ ਅਸੀਂ ਹਾਲਾਤ ਬੱਦ ਤੋਂ ਬੱਤਰ ਕਰ ਚੁੱਕੇ ਨੇ। ਸਹੀ ਆ, ਪਰ ਸਮਾਨ ਹੀ ਬੜਾ ਸਾਡੇ ਕੋਲ। ਕਰੀਏ ਕੀ ਹੁਣ ਅਸੀਂ? ਟਰਾਈਪੋਡ ਤੇ ਤੌਲਿਆ ਸੁੱਕਣਾ ਪਤਾ। ਚਲੋ ਠੀਕ ਆ ਜੀ, ਹੁਣ ਆਪਾਂ ਤੁਹਾਨੂੰ ਮਿਲਦੇ ਆ ਚਾਹ ਚੂਹ ਪੀ ਕੇ, ਤੇ ਫਿਰ ਦੇਖਦੇ ਆ ਕੀ ਕਰਦੇ ਆ। ਨਾਲੇ ਇੱਕ ਗੱਲ ਹੋਰ ਯਾਰ, ਪਵਨੇ ਯਾਰ ਕਿੰਨੇ ਦਿਨ ਹੋ ਗਏ ਆਪਾਂ ਇੰਟਰੋ ਨੀ ਕਰੀ। ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਜੀ? ਮੈਂ ਮਗਰ ਭੋਲੀ ਦੇ ਨਾਲ ਜੀ ਪੱਗਰ ਜਾ ਪਰਾ। ਚੰਗਾ ਜੀ, ਮਿਲਦੇ ਆ ਆਪਾਂ। ਅੱਜ ਤਾਂ ਤੁਹਾਡਾ ਨਿਊ ਨੇਮ ਡਿਕਲੇਅਰ ਹੋ ਗਿਆ। ਚਲੋ ਜੀ। ਆ 2 ਪੀਸ ਨਾ, ਇੱਕ ਆਹ ਵਿੱਚ ਛੋਟਾ ਜਿਹਾ ਆਮਲੇਟ, ਇਹ 70 ਰੁਪਏ ਦੇ ਨੇ। ਟੂ ਐਕਸਪੈਂਸਿਵ। 70 ਦੇ ਯਾਰ, ਸਾਰੀ ਦੇਖ ਕੇ ਆਪਦੇ ਆਪ ਨੂੰ ਸ਼ਰਮ ਆਉਂਦੀ ਹੈ। ਚਲੋ ਠੀਕ ਆ, ਹੁਣ ਚਾਹ ਚੂਹ ਪੀ ਕੇ ਰੈਡੀ ਹੋ ਕੇ ਫਿਰ ਮਿਲਦੇ ਹਾਂ। ਟਾਈਮ ਹੋ ਗਿਆ 10:45। ਪਿਛਲੇ 1 ਘੰਟੇ ਤੋਂ ਅਸੀਂ ਆਈ ਲੜੀ ਜਾਂਦੇ ਹਾਂ, ਪਹਿਲਾਂ ਤੂੰ ਨਾ ਲਾ, ਨਹਾਉਂਦਾ ਕੋਈ ਨਹੀਂ। ਮੈਂ ਬੈਠਾ ਬੈਠਾ ਨਾ ਇੱਕ ਯੂਟਿਊਬ 'ਤੇ ਵੀਡੀਓ ਦੇਖਣ ਲੱਗ ਗਿਆ, ਇੱਕ ਹਿੰਦੀ ਯੂਟਿਊਬਰ ਆ ਕਰਨ ਸਹਿਗਲ, ਉਹ ਵੀ ਹੈ ਨਾ 14 ਘੰਟੇ ਪਹਿਲਾਂ ਉਹਨੇ ਵੀਡੀਓ ਪਾਈ ਆ, ਉਹ ਵੀ ਉੱਤਰਾਖੰਡ 'ਚ ਆਇਆ ਵਾ, ਰਿਸ਼ੀਕੇਸ਼ ਆਇਆ ਹੋਇਆ। ਅਤੇ ਉਹ ਜਦੋਂ ਉੱਤਰਾਖੰਡ ਐਂਟਰ ਹੋਇਆ, ਉਹਨਾਂ ਦਾ ਕਰੋਨਾ ਟੈਸਟ ਹੋਇਆ ਵਾ। ਅਸੀਂ ਕੱਲ੍ਹ ਮਿਸ ਜੀ ਮਾਰਦੇ ਸੀ, ਪਹਿਲਾਂ ਘਰੋਂ ਤੁਰਨ ਲੱਗੇ ਵੀ, ਅਤੇ ਫਿਰ ਅਸੀਂ ਸੋਚਿਆ ਸੀ ਚੰਡੀਗੜ੍ਹ ਰੁਕ ਜਾਈਏ, ਜਿਹਨਾਂ ਨੇ ਕੱਲ੍ਹ ਵਾਲੀ ਵੀਡੀਓ ਦੇਖੀ ਉਹਨਾਂ ਨੂੰ ਪਤਾ ਹੋਊ। ਬਟ ਅਸੀਂ ਵਧੀਆ ਰਹੇ ਆ ਗਏ, ਕਿਉਂਕਿ ਅੱਜ ਜੇ ਮੈਂ ਚੰਡੀਗੜ੍ਹ ਹੁੰਦਾ, ਮੈਂ ਉਹ ਵੀਡੀਓ ਦੇਖ ਲੈਣੀ ਸੀ, ਮੈਂ ਤਾਂ ਨਹੀਂ ਸੀ ਆਉਂਦਾ ਵਾਪਸ ਮੁੜ ਜਾਣਾ ਸੀ ਇੱਕ ਅੱਧਾ। ਤੇ ਚਲੋ, ਬਾਕੀ ਹੁਣ ਸਾਰਾ ਕੁਝ ਠੀਕ ਆ, ਹੁਣ ਪਵਨ ਨਹਾਉਣ ਜਾਂਦੀ ਆ, ਅਤੇ ਉਦੋਂ ਬਾਅਦ ਆਪਾਂ ਤੁਹਾਨੂੰ ਫਿਰ ਮਿਲਣਾ। ਯਾਰ ਦੇਖ ਪਵਨ, ਮੈਂ ਹੈਗਾ ਸਿੱਧਾ ਜਿਹਾ ਬੰਦਾ, ਤੂੰ ਪਾਊਡਰ ਲਾਉਣਾ, ਸੁਰਖੀ ਲਾਉਣੀ, ਉਹ ਲਾਉਣਾ, ਯੇ ਲਾਉਣਾ। ਚਲੋ ਜੀ ਠੀਕ ਆ, ਫਿਰ ਆਪਾਂ ਚ ਮੈਂ ਜਾਣੀ ਆ ਨਹਾਉਣ, ਤੇ ਉਦੋਂ ਬਾਅਦ ਤੁਹਾਨੂੰ ਰੈਡੀ ਹੋ ਕੇ ਫਿਰ ਮਿਲਦੇ ਆ। ਲਓ ਜੀ, ਆਪਾਂ ਨਹਾ ਧੋ ਕੇ ਰੈਡੀ ਹਾਂ। ਮੈਂ ਤੁਹਾਨੂੰ ਇੱਕ ਅਪਡੇਟ ਦੇਣੀ ਸੀ, ਮੈਂ ਹੁਣੀ ਕਿਹਾ ਸੀ ਨਾ ਕਿ ਉੱਤਰਾਖੰਡ 'ਚ ਆਉਣ ਲਈ ਹੁਣ ਕਰੋਨਾ ਟੈਸਟ ਹੋਣ ਲੱਗ ਗਿਆ। ਬਟ ਉਹ ਕਰੋਨਾ ਟੈਸਟ ਸਿਰਫ ਉਹਨਾਂ ਲੋਕਾਂ ਦਾ ਹੁੰਦਾ ਵਾ ਜਿਹੜੇ ਆ 5 ਸਟੇਟਾਂ ਤੋਂ ਆਉਂਦੇ ਆ, ਮਹਾਰਾਸ਼ਟਰਾ, ਗੁਜਰਾਤ, ਕੇਰਲਾ, ਮੱਧ ਪ੍ਰਦੇਸ਼ ਐਂਡ ਛੱਤੀਸਗੜ੍ਹ। ਆਪਣੇ ਪੰਜਾਬ ਅਤੇ ਹਰਿਆਣੇ ਵਾਲਿਆਂ ਦਾ ਨਾ ਕੋਈ ਕਰੋਨਾ ਟੈਸਟ ਨਹੀਂ ਹੁੰਦਾ। ਇਸੇ ਖੁਸ਼ੀ 'ਚ ਨਾ ਤੁਸੀਂ ਸਾਡਾ ਭੰਗੜਾ ਵੇਖੋ। ਭੰਗੜਾ ਕਿਵੇਂ ਲੱਗਿਆ ਨਾ ਕਮੈਂਟ ਕਰਕੇ ਜ਼ਰੂਰ ਦੱਸਿਓ। ਹਾਂਜੀ ਮੈਡਮ ਜੀ, ਰੈਡੀ ਹੋ? ਯੈਸ, ਆਈ ਐਮ ਆਲਵੇਜ਼ ਰੈਡੀ। ਚਲਿਏ ਫਿਰ। ਯੈਸ, ਆਲਵੇਜ਼ ਰੈਡੀ ਤੇ ਲੱਗਦੀ ਏ। 12:20 ਹੋ ਗਏ, ਫਿਰ ਵੀ ਟਾਈਮ ਸਹੀ ਆ। ਚਲੋ ਆਜੋ। ਚਲੋ ਵੈਸੇ ਰਿਹਾ ਮੁੜ ਕੇ ਵੈਸੇ ਅਸੀਂ ਦੋਨੀ ਇਦਾਂ ਦੇ ਲੱਗਦੇ ਆ। ਇਸ ਵਾਰੀ ਅਸੀਂ ਨਾ ਕੋਈ ਸ਼ੋਪਿੰਗ ਕਰਕੇ ਨਹੀਂ, ਸਾਡੇ ਕੋਲ ਪੁਰਾਣੇ ਕੱਪੜੇ ਆਏ ਆ ਭਾਈ, ਹੁਣ ਹਰ ਵਾਰੀ ਥੋੜੀ ਸ਼ੋਪਿੰਗ ਕਰ ਸਕਦੇ ਆ ਅਸੀਂ, ਕਿਹੜਾ ਭਾਈ ਲੈਂਡ ਲਾਉਣਾ। ਚੱਲ ਇੱਧਰ ਘੁੰਮਣ ਆਉਣ ਨੂੰ ਹੀ ਪੌੜੇ ਪੈਂਦੇ ਆ ਮੋਟੇ ਕੱਪੜੇ ਤਾਂ। ਚੱਲ ਚੱਲ। ਹੈਲੋ, ਵੀਡੀਓ ਬਣਾਉਣੀ ਮੈਨੂੰ ਪਤਾ, ਸ਼ਾਰਟ ਲੈਣਾ, ਪਰ ਸਮਾਨ ਸਮੂਨ ਚੱਕ ਲਓ, ਫੋਨ ਫਾਨ ਦਾ ਮਜ਼ਾਕ ਕਰਦਾ। ਚੱਲ ਚੱਲ। ਸਾਡੇ ਹੋਟਲ ਤੋਂ ਕੁਝ ਵਿਊ ਇਦਾਂ ਦਾ, ਹੁਣ ਅਸੀਂ ਉੱਪਰਲੇ ਫਲੋਰ ਤੇ ਤਾਂ ਗਏ ਨਹੀਂ ਹਲੇ, ਇਹ ਸਾਡੇ ਵਾਲੇ ਫਲੋਰ ਤੋਂ ਇਦਾਂ ਦਾ ਵਾ। ਆ ਕੇ ਪਵਨ, ਆਪਾਂ ਕੈਰਮ ਬੋਰਡ ਖੇਡਾਂਗੇ, ਠੀਕ ਆ? ਮੈਂ ਤੁਹਾਡੇ ਨਾਲ ਜੁੜ ਤੋਂ ਗਿਆ। ਉਹ ਤੂੰ ਦੇਖ ਲਈ, ਮੈਂ ਬਹੁਤ ਖੇਡੀ ਆ ਛੋਟੀ ਹੁੰਦੀ ਕੈਰਮ ਬੋਰਡ। ਇੱਕ ਗੇਮ ਜੀ, ਮਗਰ ਹੋਰ ਪਈ ਆ ਕੋਈ ਗੇਮ ਨਹੀਂ ਹੈਗੀ, ਪੇਂਟਿੰਗ ਆ। ਪੇਂਟਿੰਗ ਆ। ਚੱਲ ਠੀਕ ਆ, ਓਕੇ। ਇੱਥੋਂ ਮਾਲ ਰੋਡ ਹੈਗਾ 1 ਕਿਲੋਮੀਟਰ, ਜੇ ਆਪਦੀ ਗੱਡੀ ਲੈ ਕੇ ਗਏ ਤਾਂ ਫਿਰ ਊਂ ਔਖਾ ਉੱਥੇ ਖੜਾਉਣ ਦਾ। ਤੁਰਕੀ ਚੱਲਾਂਗੇ, ਨਾਲੇ ਪਵਨ ਥੋੜ੍ਹੀ ਜਿਹੀ ਪਤਲੀ ਹੋ ਜੂ। ਉਹ ਮੈਂ ਉਹੀ ਪਤਲੀ ਹਾਂ, ਬਾਕੀ ਆਪਾਂ ਆਪਦੀ ਗੱਡੀ ਦੇਖ ਲਈ ਮੜੀ ਹੈ, ਕੋਈ ਲਾਲੂ ਤਾਂ ਨਹੀਂ ਗਿਆ। ਬਸ ਆਪਣੀ ਇਕੱਲਿਆਂ ਦੀ ਗੱਡੀ ਹੈ ਨਾ ਜੀ।
ਠੀਕ ਹੈ ਉਹ ਡੇਪਿਆ ਲੈ ਕੇ ਫੋਨ ਟੰਗਣ ਵਾਲਾ ਐਨਕਾਂ ਕਿੱਥੇ ਆਪਣੀ ਐਨਕਾਂ ਭੁੱਲੇ ਆਈ लो जी हम अपना सफर शुरू हों वा हूँ आप इतों एक किलोमीटर तुर के मॉल रोड पर जाना वा उदू बाद असी एक जगह पर गाँव होर जाना वह भी तुर के ही जावे अज अ हाँ वीरा चढ़ाई बहुत हो चलो ठीक है जी वैसे व्यू पूरा घेंट आ साडा होटल की ना लोकेशन वधिया पूरी घेंट आ पवन ਆ ਸਕੂਟਰ ਰੈਂਟ ਤੇ ਲੈ ਲੈਨੇ ਆ ਜੀ ਮੈਂ ਤਾਂ ਆਪ ਕਹਿੰਨੀ ਆ ਲੈ ਲਓ ਵਧੀਆ ਰਹਾਂਗੇ ਹਾਂ ਵਧੀਆ ਰਹਾਂਗੇ ਨਾਲੇ ਆਪਾਂ ਕਦੇ ਸਕੂਟਰੀ ਤੇ ਦੋਨੇ ਜਣੇ ਗਏ ਨਹੀਂ ਕਿਤੇ ਆਪਣੇ ਭਾਰ ਨਾਲ ਸਕੂਟਰੀ ਚੜ ਜੂਗਾ ਪਾੜ ਤੇ ਚਲੋ ਠੀਕ ਆ ਜੀ ਚੱਲਦੇ ਹਾਂ ਉੱਪਰ ਹੌਲੀ ਹੌਲੀ ਜੇ ਅਸੀਂ ਗੱਡੀ ਤੇ ਆਉਂਦੇ ਆ ਨਾ ਸਾਡਾ ਵਿਊ ਮਿਸ ਹੋ ਜਾਣਾ ਸੀਗਾ ਵਾਹ ਜੀ ਵਾਹ ਕੀ ਬਾਤਾਂ ਨੇ ਕਿੰਨਾ ਵੱਡਾ ਹੈ ਵਿੱਚ ਸੜਕ ਹੋ ਗਈ ਹਨਾ ਆ ਵਾਲੀ ਸੜਕ ਜਾਂਦੀ वेरी नाइस और हवा पूरी बढ़िया चल रही है सुकून फील हो रहा है वैसे पवन दी तो बस हो रही है सानू तोड़ दे तोड़ दे गर्मी आ गई सी और हवा लग के बढ़िया फील हो रहा है आ गए असि 300 मीटर मर भर के चढ़ी आए थोड़ा जते भाई बहुत ज्यादा शांति है बहुत पीसफुल है सही गल है कोई शोर शराटा नहीं किसी पास अब बस थोड़ी ही आ की कहंदे आ कंस्ट्रक्शन दी आवाज आ रही है बाकी पूरा शांत है माहौल लाइब्रेरी चौंक हुण सब तो पहला काम अपना कुछ खाना परौंठे खाने सो देखते हैं सानू इत्थे बारे ना कोई नॉलेज नहीं भी कित्थे जाइए कित्थे ना जाइए ਸੋ ਦੇਖ ਦੇ ਐਕਸਪਲੋਰ ਕਰਦੇ ਆ ਹੌਲੀ ਹੌਲੀ ਕੀ ਬਣਦਾ ਕੀ ਨਹੀਂ ਬਣਦਾ ਆ ਨਹੀਂ ਜੀ ਇਹ ਲਾਇਬ੍ਰੇਰੀ ਚੌਂਕ ਤੋਂ ਪਹਿਲਾਂ ਅਸੀਂ ਉਧਰ ਨੂੰ ਚੱਲੇ ਸੀ ਮਾਲ ਰੋਡ ਉਧਰ ਨੂੰ ਨਹੀਂ ਹੈਗਾ ਇੱਧਰ ਨੂੰ ਆ ਇੱਥੇ ਤਾਂ ਮਾਲ ਰੋਡ ਤੇ ਗੱਡੀਆਂ ਵੀ ਚੱਲਦੀਆਂ ਨੇ ਹੋਰ ਉਧਰ ਸ਼ਿਮਲੇ ਵਾਲੀ ਵਧੀਆ ਸੀਗਾ ਹਨਾ ਹਾਂ ਉਧਰ ਗੱਡੀਆਂ ਮੀਸ ਕੇ ਘੱਟ ਜਾਂਦੀਆਂ ਨੇ ਅੰਦਰ ਸੋ ਲਓ ਜੀ ਆਪਾਂ ਉਪਹਾਰ ਰੈਸਟੋਰੈਂਟ ਤੇ ਪਹੁੰਚ ਗਏ ਇਹ ਰੈਸਟੋਰੈਂਟ ਮਾਲ ਰੋਡ ਤੇ ਆ ਆਪਾਂ ਮੰਗਾ ਲਏ 4 ਆਲੂ ਪਿਆਜ਼ ਵਾਲੇ ਪਰੌਂਠੇ ਵਿਦ 2 ਚਾਹ ਹੁਣ ਆਪਾਂ ਇੱਥੇ ਬੈਠ ਕੇ ਟੋਰਨਾ ਖਾਂਦੇ ਆ ਆਪਾਂ ਨੂੰ ਕੋਈ ਕਾਲੀ ਨਹੀਂ ਆਪਾਂ ਬਾਹਰ ਕੀ ਕਰਨਾ ਕੀ ਨਹੀਂ ਸੋ ਚੱਲੀ ਚਲੋ ਸਾਡੇ ਨਾਲ हले खान पीन का प्रोग्राम समाप्त नहीं होया हले गुलाब जामुन खानी है ते एक ब्राउनी भी खावांगे ओ माय गॉड जिहड़ा तुर के भार घटाया सी हुण वधाउणा भी है रज के खाण पीण तो बाद भी बिल सिर्फ 360 रुपए ही बने सो गुड प्लेस टू ईट लो भी असी मॉल रोड से थोड़ा टाइम घूम ले हुण असी चले गन हिल पॉइंट से उत्थे देखते हैं की है बाकी मॉल रोड से बाकी शाम को घूमांगे क्योंकि शाम को रौनक वध हुंदी है सही गल है हुण तां थोड़ी जी शांति है वैसे रिक्शा तां करेगा पवन तो तुरनी सी उरे मैं तो लत्ता दुखण लग गई चलो ठीक है जी हुण असी इत्थों ट्रॉली ते बह के ओ उपर जावांगे इत्थे टिकट दा प्राइस हैगा 125 रुपए सो दो बंदियां दी 250 दी आउण जाण ओथे जाणा मेनू लगदा हले वेट होगी होर कोई आऊगा के नहीं
ਇੱਥੇ ਮੈਨੂੰ ਲੱਗਦਾ ਵੇਟ ਕਰਦੇ ਆ ਬਟ ਸ਼ਿਮਲੇ ਗਏ ਸੀ ਨਾ ਟਰਾਲੀ ਜੀ ਤੇ ਅਸੀਂ ਦੋਨੇ ਹੀ ਸੀਗੀ ਨਾਲੇ ਕਿੰਨੀ ਉੱਚੀ ਜਾਣੀ ਸੀ ਕਿੰਨੀ ਉੱਪਰ ਆਉਣੀ ਸੀ ਇਕੱਲੀ ਗਏ ਸੀ ਇਕੱਲੀ ਆਏ ਸੀ ਜੱਟਾ ਉਥੇ ਪ੍ਰਾਈਸ ਵੀ ਵੱਧ ਸੀ ਉਥੇ 500 ਰੁਪਏ ਸੀ ਮਤਲਬ 400 ਕੁਛ ਰੁਪਏ ਸੀ ਨਾ नहीं नहीं इतने भी साड़ी सुन ली मैं लगता वीडियो बना सुन लिया उन्होंने दोनों तौर पर भी तुम बाली का ही लो भी हम देखो उधरों व्यू वैसे बड़ा उच्चा जाना नहीं अपना शिमले का बड़ा उच्चा जाखू टेंपल जाना बहुत उच्चा पर जाके मजा भी पूरा आया डर भी पूरा लगे हम बड़ा हिली हुली नहीं उल्ट जो असी उतों ट्राली के पिछों आए हाँ तो इतने ना आ मतलब पूरे गेमां गूमां खेडन सारा कुछ हम लगता करोना वायरस करके बंद आ सारा कुछ हम आप इतने कुछ क्यों गेमां खेडते हैं इतने एक गन पॉइंट व्यू आ पहला पाओ दे इतने 100 रुपया लेंदे आ 9 पॉइंट दिखाते हैं पवन कहते गन का मजा नहीं आया तिना चो एक नहीं चार चो एक चक हूँ पे असली वाले पंजा चो दो नहीं मैं लाना हूँ बाकी एक दो चंगा भला बलबले वधिया भन रहा है पाइप जिहा भन्न लग गया नहीं जितते ना सी मैं पॉइंट बराबर रह गया साढ़े दो और यार बुलबुले तो जो पहले दो भन्ने मैं लै भी स्वाद ही आ गया जिंदगी वाला तो बाकी है ना असि जी उपरों देख के आए हैं गन जी पिछों उपर सचन का घर भी सी चल बाकी मैं पता नहीं अपन सचन का घर बड़ा घंट लगे सही गल सब तो वह लगे लो भाई हम तीर कमान छना लाव पूरा गप्पे लाओ ना रिंगा पाऊगी दैट्स इट चल फेल 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 ओ रहेगी फेल 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 फिर मिल गया जतले एक ओ दो बल्ले पवन ओ रोटी तीन पॉइंट ले तीन जतले हैं मेरा फड़ी हूं दस तेन की चाहिए मेनू चाहिए हूं मेनू चॉकलेट चॉकलेट
ਆ ਦੇ ਮੂਰੇ ਪਿਆ ਵਾ ਕਿੱਥੇ ਆ ਦੇ ਪਿਆ ਬਲੂ ਜਿਆ ਕੁਛ ਵੀ ਜਿੱਤੋ ਜਿੱਤੋ ਸਹੀ ਮੇਰੇ ਲਈ ਕੁਛ ਉਹੀ ਜਿੱਤਣਾ ਓ ਇੱਕ ਚੀਜ਼ ਔਰ ਮਿਲੀ ਥੈਂਕ ਯੂ ਸੋ ਮੱਚ ਲੋ ਵੀ ਅਸੀਂ 4 ਐਟਮ ਜਿੱਤ ਲਈਆਂ ਯੈਸ 4 ਮੈਂ ਜਿੱਤਿਆ ਰੇਨਬੋ ਮੈਜਿਕ ਸਪਰੇ ਆ ਕਿਹੜਾ ਚੋਕੋ ਪਾਈ ਓਰੀਓ ਐਂਡ ਬਈ ਸਿਰਾ ਲਾਤਾ ਬਵਨੇ ਹੈ ਜੰਗੀ ਜੰਗੀ ਜਿੱਤ ਲਈ ਮੈਨੂੰ ਤੇਰੇ ਜਮਾ ਉਮੀਦ ਨਹੀਂ ਸੀਗੀ ਕੁਛ ਤਾਂ ਲੱਭਿਆ ਕੁਛ ਤਾਂ ਮਿਲਿਆ ਆਪਾਂ ਚਲੋ ਆਪਣਾ ਫਾਇਦਾ ਹੋ ਗਿਆ ਯੈਸ ਪਵਨ ਇੱਕ ਗੇਮ ਹੋਰ ਖੇਡਣ ਲੱਗੀ ਆ ਜਿੰਨੇ ਇਹਦੇ ਪੁਆਇੰਟ ਹੋ ਗਏ ਉਹਨਾਂ ਨਾਮ ਮਿਲੂਗਾ ਐਕਟੀ ਜੇ 6 ਔਰ 1 ਚ ਸਾਰੀਆਂ ਬਾਲਸ ਪੈ ਗਈਆਂ ਤਾਂ ਕੈਮਰਾ ਚਲ ਉਹ ਤਾਂ ਆਪਾਂ ਨੂੰ ਨਹੀਂ ਮਿਲਣਾ ਤੂੰ ਉਮੀਦ ਨਾ ਲਾ ਉਮੀਦ ਵੀ ਨਹੀਂ ਚਲੋ ਛੋਟੇ ਛੋਟੇ ਚੀਜ਼ ਜਿੱਤ ਲਾਂਗੇ ਚਲ ਠੀਕ ਸਾਰੀਆਂ 6 ਚ ਪਾਈ ਇਹ ਤਾਂ ਹਵਾ ਨਾਲ ਜਾਂਦੀ ਹੈ ਇਧਰ ਨੂੰ ਕਰਕੇ ਮਾਰ ਉਹ ਗਈ ਗਈ ਇਹ ਤਾਂ 6 ਚ ਤਾਂ ਇਹਨੇ ਜਾਣਾ ਹੀ हौली मार तीन तीन छे नौ तो ग्यारह हो गए ਨਹੀਂ ਨਹੀਂ ਆ ਬੋਲ ਵਾਲੀ ਦੇ ਗ੍ਰੀਨ ਵਨ ਦੇ ਇਹ ਵਾਲੀ ਯੈਸ ਲੈ ਪਤਾ ਘਟਾ 30 ਰੁਪਏ ਦਾ ਇੱਕ ਹੋਰ ਵੀ ਜਿੱਤਣੀ ਆ ਕੋਲ ਬਸ ਨਾ ਬਸ ਭਰਾਵਾ ਨਹੀਂ ਨਹੀਂ ਬਸ ਸੋ ਲਓ ਜੀ ਹੁਣ ਮੈਂ ਲੱਗਿਆ ਫੋਟੋ ਸ਼ੂਟ ਕਰਾਉਣ ਐਡਰੈਸ ਪਾ ਕੇ मैम आपका नाम क्या है मेरा नाम है पवनप्रीत कौर पंधेर हुण इत्थे थोड़ी बहुत ही रौनक होगी असी बहुत पैसे लटा ले हुण असी बस हुण असी चाह पानी पीने हैं पवन का फोटो शूट भी हो गया हाडे इंस्टाग्राम ते फोटो असी अपलोड करती वो भी देख लियो यस मैं बहुत सोहनी लगदी सी ड्रेस असी इत्थे सारे घूम फिर ले ते जिहड़ियां गेम्स वगैरह खेडणियां सी ओह भी खेड लियां थले थले जाके देखते करते हैं ਜੀ ਹੁਣ ਆਪਾਂ ਦੁਬਾਰਾ ਫਿਰ ਚੱਲਿਆ ਥੱਲੇ ਮਾਲ ਰੋਡ ਤੇ ਉੱਥੇ ਜਾ ਕੇ ਕਰਦੇ ਆ ਥੋੜੀ ਬਹੁਤੀ ਸ਼ਾਪਿੰਗ ਤੇ ਬਾਕੀ ਜੋ ਜੋ ਕਰਾਂਗੇ ਤੁਹਾਨੂੰ ਦਿਖਾਉਂਦੇ ਜਾਵਾਂਗੇ ਕੀ ਕਰਦੇ ਹੋ ਉੱਥੇ ਜਾ ਕੇ ਸ਼ਾਪਿੰਗ ਆਵਾਜ਼ ਨਹੀਂ ਆ ਰਹੀ ਇੱਥੇ ਸ਼ਾਪਿੰਗ ਆਵਾਜ਼ ਨਹੀਂ ਆ ਰਹੀ ਹੁਣ ਤਾਂ ਮੈਂ ਤੁਸੀਂ ਬੋਲੇ ਹੋਗੇ ਥੱਲੇ ਉਹ ਦਿਖਾਓ ਤੁਸੀਂ लो जी आप दोबारा मॉल रोड से आ गए शॉपिंग करने की कोशिश कर रहे थे बट शॉपिंग करने कुछ मिल नहीं रहा बस अभी जी चीज़ हमेशा लेने होंने ना फ्रिज वाला स्टिकर मसूरी वाला ये ले लिया हूँ पता नहीं की करना प्लान च फिर चेंज आ गई हूँ भी असं मॉल रोड नहीं घूम रहे हूँ असं चले हाँ कंपनी गार्डन उत्थे पता नहीं की होगा जाके देखा पहले उत्थे चलते हूँ मॉल रोड तो कंपनी गार्डन हैगा वा 5 किलोमीटर रिक्शे ते सानू लग गए 20-25 मिनट हवा बहुत ठंडी चल रही सी कन्न ठर गया ना पवन बहुत असी पहुंच गए इत्थे थोड़ी चढ़ाई वध सीगी तां असी रिक्शे वाले नूं कहता भी कोई ना असी
तुर के चले जाने। ਇਧਰੋਂ ਕੰਪਨੀ ਗਾਰਡਨ ਦੀ ਐਂਟਰੈਂਸ ਆ ਤੇ ਇਹਦੀ ਟਿਕਟ ਹੈਗੀ ਸਿਰਫ 25 ਰੁਪਏ। ਸੋ ਆ ਜਾਓ ਜੀ ਹੁਣ ਆਪਾਂ ਚੱਲਦੇ ਹਾਂ ਨਾਲੇ ਅਸੀਂ ਘੁੰਮਦੇ ਨਾਲੇ ਤੁਹਾਨੂੰ ਘੁਮਾਉਣੇ। ਗੇਟ ਤੋਂ ਬਾਅਦ ਇੱਧਰ ਦੁਕਾਨਾਂ ਨੇ ਤੇ ਉਹ ਗਾਹਾਂ ਫਿਰ ਗਾਰਡਨ ਸ਼ੁਰੂ ਹੁੰਦੀ ਆ। ਇੱਥੇ ਇੱਕ ਹੌਂਟਡ ਹਾਊਸ ਵੀ ਆ ਜੇ ਆਪਾਂ ਮੇ ਬੀ ਇੱਥੇ ਜਵਾਕਾਂ ਲਈ ਜ਼ਿਆਦਾ ਵਧੀਆ ਹੋਊਗਾ ਕਿਉਂਕਿ ਇੱਥੇ ਸਾਰੀਆਂ ਜਵਾਕਾਂ ਲਈ ਐਕਟੀਵਿਟੀਜ਼ ਜ਼ਿਆਦਾ ਨੇ। ਇੱਥੇ ਵੀ ਤੇ ਜਿੱਥੇ ਸੀ ਪਹਿਲਾਂ ਗਏ ਸੀ ਗਨ ਹਿੱਲ ਪੁਆਇੰਟ ਤੇ ਉੱਥੇ ਵੀ ਮੇ ਬੀ ਵੱਧ ਨਾ ਵਧੀਆ ਜਵਾਕਾਂ ਲਈ ਰਹੂਗਾ। ਹਾਂ ਮਸੂਰੀ ਜਿਹੜਾ ਅਰਜਣ ਆਇਆ ਅਰਜਣ ਨੂੰ ਇੱਥੇ ਪੱਕਾ ਲੈ ਕੇ ਆਵਾਂਗੇ ਅਸੀਂ। ਯੈਸ ਰਾਈਟ ਯੂ ਆਰ ਐਬਸੋਲੂਟਲੀ ਰਾਈਟ। ਯੈਸ ਉਹਨੂੰ ਜ਼ਰੂਰ ਲੈ ਕੇ ਆਵਾਂਗੇ ਇੱਥੇ ਨਾਲੇ ਖੁਸ਼ ਵੀ ਬਹੁਤ ਹੋਊਗਾ। ਪਿਛਲੇ 2 ਦਿਨ ਤੋਂ ਪਵਨ ਵਲੌਗ ਬਣਾ ਰਹੀ ਐ ਦੱਸਿਓ। ਮੈਂ ਵਧੀਆ ਬਣਾ ਰਹੀ ਆ। ਇੱਥੇ ਵੈਕਸ ਮਿਊਜ਼ੀਅਮ ਵੀ ਆ ਤੇ ਇਹਦੇ ਵਿੱਚ ਅਮਿਤਾਭ ਬੱਚਨ, ਬਰਾਕ ਓਬਾਮਾ, ਉਹਦੇ ਘਰਵਾਲੇ ਦਾ ਨਾਮ ਕੀ ਆ, ਮਿਚਲ ਓਬਾਮਾ, ਐਂਜਲੀਨਾ ਜੋਲੀ, ਪੰਜਾਬ ਦੇ ਨੌਜਵਾਨ ਮੁੰਡਿਆਂ ਦੀ ਧੜਕਣ। ਮੈਨੂੰ ਨਾ ਦੂਰੋਂ ਆ ਬੰਦੇ ਦਾ ਪ੍ਰਭਾਵ ਇੰਨਾ ਨਾ, ਮੈਨੂੰ ਉੱਥੋਂ ਨਾ ਮੈਂ ਵੀਡੀਓ ਬਣਾ ਰਿਹਾ ਸੀਗਾ, ਮੈਂ ਲੱਗੀ ਹੁੰਦਾ ਕਿ ਮੈਨੂੰ ਕੋਈ ਦੇਖ ਰਿਹਾ ਵਾ, ਇਹ ਹਿਟਲਰ ਸੀਗਾ, ਇਹ ਸਾਰੀ ਦੁਨੀਆ 'ਤੇ ਨੇ ਰਾਜ ਕਰਿਆ। ਸਟੈਚੂਸ ਦੀ ਕੁਆਲਿਟੀ ਇੰਨੀ ਵਧੀਆ ਨਹੀਂ ਸੀਗੀ ਜਿਵੇਂ ਆਪਾਂ ਇੱਕ ਵਾਰੀ ਉੱਥੇ ਦੇਖੀ ਸੀ ਪਵਨ, ਜੈਪੁਰ ਸੀਗੇ ਉਹ, ਜਮਾ ਹੀ ਅਸਲੀ ਲੱਗਦੇ ਸੀ, ਪੂਰੇ ਅਸਲੀ ਲੱਗਦੇ ਸੀ। ਇੱਥੇ ਕੁਆਲਿਟੀ ਇੰਨੀ ਵਧੀਆ ਨਹੀਂ ਸੀ, ਉਹਦੇ ਪਲਾਸਟਿਕ ਦੀ ਲੱਗਦੇ ਸੀ। ਸੌ ਰੁਪਇਆ ਟਿਕਟ ਸੀ ਇੱਥੇ, ਬੋਲਾਂ ਤਾਂ ਤੁਹਾਨੂੰ 100 ਰੁਪਇਆ ਦੋਗਦੇ ਆ। ਅਸੀਂ ਵੈਕਸ ਮਿਊਜ਼ੀਅਮ ਦੇਖ ਲਿਆ, ਹੁਣ ਇੱਥੇ ਇੱਕ ਕੰਪਨੀ ਗਾਰਡਨ 'ਚ ਬਹੁਤ ਵਧੀਆ ਫੂਡ ਕੋਰਟ ਆ ਅਤੇ ਇੱਥੋਂ ਵਿਊ ਵੀ ਬਹੁਤ ਸੋਹਣਾ ਵਾ। ਸੋ ਅਸੀਂ ਸਵੇਰ ਦਾ ਕੁਛ ਖਾਧਾ ਨਹੀਂ ਸੀ, ਹੁਣ ਅਸੀਂ ਚਾਹ ਨਾਲ ਜਾਂ ਕੌਫੀ ਨਾਲ ਜੇ ਨਾਲ ਪਵਨ ਦੀ ਪਹਿਲੀ ਗੱਲ ਸਹੀ ਸੀ, ਜੇ ਨਾਲ ਜਵਾਕ ਹੋਣ ਤਾਂ ਆਲ ਗੁੱਡ। ਅਰਜਨ ਨੂੰ ਪੱਕਾ ਲੈ, ਅਰਜਨ, ਰਣਬੀਰ, ਹੈਰੀ ਜਿੰਨੇ ਸਾਡੇ ਬਾਹਰਲੇ ਜਵਾਕ ਨੇ, ਜਿੰਨੇ ਸਾਡੇ ਬਾਹਰਲੇ ਜਵਾਕ ਨੇ ਸਾਰਿਆਂ ਨੂੰ ਲੈ ਕੇ ਆਵਾਂਗੇ। ਸਿਮ ਕਰਨ ਉਹ ਵੀ ਬਟ ਉਹਦਾ ਮੰਮੀ ਡੈਡੀ ਸ਼ਾਇਦ ਸਾਡੇ ਨਾਲ ਭੇਜਣਾ। ਜਨਾਬ ਜੀ ਆਪਣੇ ਕੋਲ ਹੋਟਲ 'ਚ ਬੈੱਡ ਹੈਗਾ ਵਾ ਆਰਾਮ ਕਰਨ ਲਈ। ਦੇਖੋ ਜ਼ਿੰਦਗੀ 'ਚ ਜਿੰਨਾ ਮਰਜ਼ੀ ਘੁੰਮੋ ਬਟ ਠਹਿਰਾਓ ਦੀ ਨਾ ਬਹੁਤ ਲੋੜ ਹੁੰਦੀ ਆ, ਹੁਣ ਮੈਨੂੰ ਠਹਿਰਾਓ ਦੀ ਸਖ਼ਤ ਜ਼ਰੂਰਤ ਆ। ਤਾਂ ਤਾਂ ਇੱਥੇ ਫੂਡ ਕੋਰਟ 'ਚ ਸੌਂਗੇ ਯਾਰ, ਬਹੁਤ ਪਿਆਰਾ ਨਜ਼ਾਰਾ ਆ ਰਿਹਾ। ਦੇਖਿਓ ਕਿਤੇ ਕੋਈ ਆ ਕੇ ਕਹਿ ਨਾ ਦੇਵੇ ਸਰ ਜੀ ਬੈਡ ਨਹੀਂ ਹੈ ਇਸ ਪਰ ਬੈਠਣਾ ਹੈ। ਕੋਈ ਨਾ ਕੁਛ ਪਵਨ, ਜਦ ਮੈਂ ਕੋਕ ਸਿਰਫ ਆਪ ਦੇ ਲਈ ਮੰਗਾਇਆ ਸੀ ਉਹ 2 ਸਟ੍ਰਾਅ ਕਿਉਂ ਲੈ ਕੇ ਆਇਆ? ਉਹ ਸਿਆਣੇ ਨੇ ਕਹਿੰਦੇ ਇਹਨਾਂ ਦੀ ਘਰ ਵਾਲੀ ਭੁੱਖੀ ਹੋਈ ਆ, ਉਹਨੇ ਪੀਣਾ ਤਾਂ ਪੀਣਾ ਹੀ ਆ। ਤੂੰ ਤਾਂ ਚਾਹ ਨਹੀਂ ਪੀਣੀ। ਚਾਹ ਵੀ ਪੀਊਂਗੀ, 2 ਘੁੱਟਾਂ ਪਹਿਲਾਂ ਕੋਕ ਦੀਆਂ ਵੀ ਪੀਊਂਗੀ। ਰੱਜ ਲਾ ਤੂੰ ਜਰ, ਆਪਾਂ ਦੂਰ ਬੈਠੇ ਦੱਸ ਕੋਈ ਉਹ ਵੀ ਨਹੀਂ ਹੁੰਦਾ। ਉਹ ਲੈ ਤੇਰੀ ਕਾਫੀ। ਅਸੀਂ ਕੋਕੋ ਕੋ ਪੀਂਦੇ ਨਹੀਂ, ਅਸੀਂ ਕੋਕੋ ਕੋਲੇ ਹੈ ਨਹੀਂ। ਚਲੋ ਠੀਕ ਆ ਜੀ, ਹੁਣ ਇਦੂ ਬਾਅਦ ਚ ਮੇਰਾ ਬਰਗਰ ਆ ਗਿਆ ਤੇ ਇਹਨੇ ਮੈਗੀ ਖਾਣੀ ਆ, ਉਹ ਖਾ ਕੇ ਅਸੀਂ ਚੱਲਦੇ ਆ। ਨੀਂਦ ਨਾ ਪਾਵੇ। ਚਲੋ ਠੀਕ ਆ, ਤੁਸੀਂ ਜਾਨੂ ਆ ਵਿਊ ਇੰਜੋਏ ਕਰੋ, ਅਸੀਂ ਬਰਗਰ ਖਾਂਦੇ ਆ। ਲਓ ਜੀ ਆਪਾਂ ਖਾਣਾ ਪੀਣਾ ਖਾ ਲਿਆ, ਬਟ ਇਹ ਕੰਪਨੀ ਗਾਰਡਨ ਨਾ ਮੁੱਕਣ ਦਾ ਨਾਂ ਹੀ ਲੈਂਦਾ। ਇੱਥੇ ਨਾ ਬੋਟਿੰਗ ਵੀ ਹੁੰਦੀ ਆ, ਉੱਥੇ ਇੱਕ ਝਰਨਾ ਵੀ ਆ, ਬਟ ਸਾਡੇ ਕੋਲ ਹੁਣ ਟਾਈਮ ਹੈ ਨਹੀਂ ਹੋਰ। ਜਿਹੜਾ ਅਸੀਂ ਰਿਕਸ਼ੇ 'ਤੇ ਆਏ ਸੀ ਉਹ 1 ਘੰਟੇ ਲਈ ਆਉਂਦੇ ਹੁੰਦੇ, ਵਾਪਸ ਵੀ ਜਾਣਾ ਅਸੀਂ। ਸੋ ਹੁਣ ਵਾਪਸ ਚੱਲਦੇ ਹਾਂ ਆਪਾਂ, ਅਤੇ ਇੱਥੇ ਜਦੋਂ ਕਦੇ ਆਏ ਵਧੀਆ ਜਗ੍ਹਾ ਵੈ, ਆਰਾਮ ਦੇ ਨਾਲ ਕੇ ਚੱਲ ਮਾਰੋ। ਫੋਟੋ ਸ਼ੂਟ ਲਈ ਬਹੁਤ ਚੀਜ਼ਾਂ ਨੇ, ਅਸੀਂ ਅੱਜ ਕੋਈ ਫੋਟੋ ਸ਼ੂਟ ਵੀ ਨਹੀਂ ਕਰੇਗਾ ਆਪਾਂ, ਬਹੁਤ ਘੱਟ ਮੇਰੀਆਂ ਖਿੱਚੀਆਂ ਨੇ ਜਿਹੜੀਆਂ ਇੱਕ ਦੋ ਖਿੱਚੀਆਂ ਨੇ ਤੁਸੀਂ ਬਸ। ਯੈਸ ਚਲੋ ਕੋਈ ਨਾ, ਆਪਾਂ ਨੂੰ ਫੋਟੋਆਂ ਦਾ ਘੱਟ, ਵੀਡੀਓ ਦਾ ਵੱਧ ਚਾਹ। ਚਲੋ ਚੱਲੀਏ ਫਿਰ। ਭਾਈ 1 ਘੰਟਾ ਤੋਂ ਬਹੁਤ ਕਮ ਥਾ ਇਸਕੇ ਲਈ, ਬਹੁਤ ਬੜਾ ਹੈ ਯਾਰ ਇਹ ਤੋਂ। ਘੁੰਮ ਲਿਆ ਤੇ ਥੋੜਾ ਔਰ ਘੁੰਮ ਲਿਆ। ਨਹੀਂ ਚੱਲ ਕੋਈ ਨਾ, ਅਭੀ ਤੋ ਘੁੰਮ ਲਿਆ।
ਸਾਨੂੰ ਮਾਲ ਰੋਡ ਤੇ ਆਇਆ ਨੂੰ ਕਾਫੀ ਟਾਈਮ ਹੋ ਗਿਆ। ਪਵਨ ਨੇ ਆਈਸਕ੍ਰੀਮ ਖਾ ਲਈ, ਅਸੀਂ ਥੋੜੀ ਜਿਹੀ ਸ਼ਾਪਿੰਗ ਵੀ ਕਰ ਲਈ ਤੇ ਹੁਣ ਅਸੀਂ ਚੱਲੇ ਆ ਰੂਮ 'ਚ। ਹਾਂ ਹੁਣ ਅਸੀਂ ਥੱਕ ਚੁੱਕੇ ਆ। ਹਾਂ ਟਾਈਮ ਹੋ ਗਿਆ ਹੋਊਗਾ 10 ਦਾ 1 ਮਿੰਟ, ਟਾਈਮ ਹੋ ਗਿਆ 6:20। ਜਦ ਆਏ ਆ ਉਹਦੇ ਤੁਰੇ ਫਿਰਦੇ ਆ, ਹੁਣ ਟਾਈਮ ਆ ਕਿ ਚੱਲੀਏ। ਆ ਗਿਆ ਹੋਟਲ ਉੱਥੋਂ ਆਏ ਕਿੱਥੋਂ? ਲਓ ਜੀ ਆਪਾਂ ਰੂਮ ਚ ਪਹੁੰਚ ਗਏ ਤੇ ਪਵਨ ਪੈਕਿੰਗ ਕਰਨ ਲੱਗ ਗਈ, ਕਿਉਂਕਿ ਤੁਹਾਨੂੰ ਕੱਲ ਦੱਸਿਆ ਸੀ ਨਾ ਸਾਡੇ ਆ ਰੂਮ ਦਾ ਨਾ ਉਧਰ ਵਿਊ ਨੀ ਹੈ, ਕੋਈ ਕੰਧ ਆ ਜਾਂਦੀ ਮੂਹਰੇ। ਸੋ ਅਸੀਂ ਉਹਨਾਂ ਨੂੰ ਰਿਕੁਐਸਟ ਕਰੀ ਸਾਡਾ ਰੂਮ ਅਪਗ੍ਰੇਡ ਕਰ ਦਿਓ, ਸੋ ਉਹਨਾਂ ਨੇ ਕਰਤਾ। ਹੁਣ ਆਪਾਂ ਸ਼ਿਫਟ ਕਰਨ ਲੱਗਿਆ ਨਵੇਂ ਰੂਮ 'ਚ, ਉਹ ਥੋੜ੍ਹਾ ਰੂਮ ਵੀ ਵੱਡਾ ਵਾ ਅਤੇ ਉਹਦਾ ਵਿਊ ਵੀ ਬਹੁਤ ਸੋਹਣਾ ਵਾ, ਅਤੇ ਆਪਾਂ ਉੱਧਰ ਚੱਲਦੇ ਹਾਂ। ਚੱਕ ਬਈ ਬਸ ਆਹ ਦੀ ਮੈਂ ਤਾਂ ਕਰ ਲਈ ਪੈਕਿੰਗ ਮੇਰੀ ਭੋਲੀ ਕੌਰ। ਉਹ ਯਾਰ ਬੱਸ ਹੋ ਗਈ, ਇੰਨਾ ਤੁਰਿਆ ਨਾ ਅੱਜ ਅਸੀਂ ਪੱਟ ਫੁੱਲ ਗਏ। ਚਲੋ ਠੀਕ ਆ ਜੀ ਚੱਲਦੇ ਹਾਂ ਉੱਧਰ। ਲਓ ਜੀ ਆਪਾਂ ਰੂਮ ਸ਼ਿਫਟ ਕਰ ਲਿਆ, ਇਹ ਵੀ ਉਵੇਂ ਹੀ ਆ। ਉਹਦੇ ਲੈਫਟ ਹੈਂਡ ਸਾਈਡ ਬਾਥਰੂਮ ਸੀਗਾ, ਇੱਥੇ ਰਾਈਟ ਹੈਂਡ ਸਾਈਡ ਬਾਥਰੂਮ ਆ। ਬਾਥਰੂਮ ਉਹਦੇ ਨਾਲ ਵੱਡਾ ਵਾ, ਇੱਥੇ ਕਬਰਡ ਆ, ਕਬਰਡ ਦੇ ਵਿੱਚ ਵੀ ਉੱਦਾਂ ਹੀ ਆ ਅਤੇ ਬਾਕੀ ਸਾਰਾ ਰੂਮ ਉੱਦਾਂ ਹੀ ਆ। ਇੱਕ ਇਹ 'ਚ ਐਡੀਟਿੰਗ ਟੇਬਲ ਮਿਲ ਗਿਆ, ਉੱਧਰ ਇਹ ਹੈ ਨਹੀਂ ਸੀਗਾ, ਅਤੇ ਇੱਕ ਆਪਣਾ ਉਹ ਤਾਂ ਆਪਣੇ ਉੱਧਰ ਸੀਗਾ ਹੀ, ਅਤੇ ਦੂਜਾ ਥੋੜ੍ਹੀ ਮੇਨ ਚੀਜ਼ ਇੱਥੇ ਵਾਲਾ ਵਿਊ। ਪਵਨ ਲਾਈਟਸ ਆਫ, ਹੈ ਸਾਨੂੰ ਆਹ ਵਿਊ ਦਿਖੂਗਾ ਰਾਤ ਨੂੰ ਅਤੇ ਸਵੇਰੇ ਜਦੋਂ ਉੱਠਾਂਗੇ ਉਦੋਂ ਤਾਂ ਅਲੱਗ ਹੀ ਗੱਲ ਹੋਊਗੀ। ਅਤੇ ਲਾਈਟ ਲਾ ਦੇ ਬਈ ਹੁਣ, ਅਤੇ ਇਹਦੇ ਇੱਧਰ ਵੀ ਠੀਕ ਆ, ਇੱਧਰ ਵੀ ਵਿਊ ਆ। ਸੋ ਕੱਲ੍ਹ ਨੂੰ ਸਵੇਰੇ ਆਪਾਂ ਇੱਧਰ ਵੀ ਬਹਿ ਕੇ ਵਧੀਆ ਚਾਹ ਪਾਣੀ ਕੌਫੀ ਪੀ ਸਕਦੇ, ਉੱਧਰ ਸਾਨੂੰ ਇਹ ਚੀਜ਼ ਨਹੀਂ ਸੀ ਮਿਲਦੀ। ਕੱਲ੍ਹ ਨੂੰ ਮੈਂ ਆਹ ਕੰਧ 'ਤੇ ਬੈਠੂੰਗਾ ਉੱਠ ਕੇ ਚੌਂਕੜੀ। ਚਲੋ ਠੀਕ ਆ ਜੀ, ਹੁਣ ਆਪਾਂ ਚੇਂਜ ਚੂੰਜ ਕਰ ਲਈਏ, ਰਿਲੈਕਸ ਕਰ ਲਈਏ ਅਤੇ ਉਦੋਂ ਬਾਅਦ 'ਚ ਤੁਹਾਨੂੰ ਮਿਲਦੇ ਹਾਂ, ਕਿਉਂਕਿ ਥਕਾਵਟ ਹੋ ਗਈ ਬਾਹਲੀ ਜ਼ਿਆਦਾ। ਆਹ ਰੂਮ ਆ ਨਾ ਪਵਨ, ਨਹੀਂ ਉਹ ਵੀ ਵਧੀਆ ਸੀ ਬਟ ਆਹ ਥੋੜ੍ਹੀ ਕਲਾਸ ਡਿਫਰੈਂਟ ਆ, ਸ਼ੀਸ਼ਾ ਦੇਖੋ ਕਿੱਡਾ ਬਈ। ਚਲੋ ਠੀਕ ਆ ਮਿਲਦੇ ਹਾਂ। ਲਓ ਜੀ ਅਸੀਂ ਆਰਾਮ ਕਰਨ ਲਈ ਥੋੜ੍ਹਾ ਜਿਹਾ ਬੈਠੇ ਸੀ ਬੈੱਡ 'ਤੇ, ਦੋਨੇ ਜਾਣੇ ਸੌ ਗਏ। ਜੇ ਰੋਟੀ ਨਾ ਆਰਡਰ ਕੀਤੀ ਹੁੰਦੀ ਹੈ ਨਾ, ਬਈ ਰੋਟੀ ਨਾਲ ਟਾਈਮ ਤਾਂ ਲੱਗਦਾ 1 ਘੰਟਾ 45 ਮਿੰਟ, ਅਸੀਂ ਸੌ ਜਾਣਾ ਸੀਗਾ, ਫੇਰ ਨਹੀਂ ਸੀ ਵਲੌਗ ਆਉਂਦਾ ਕੱਲ੍ਹ ਵਾਲਾ। ਸੋ ਹੁਣ ਉੱਠੇ ਹਾਂ ਰੋਟੀ ਆਉਣ ਨਾਲ, ਅਤੇ ਰੋਟੀ ਸਾਡੀ ਆ ਗਈ, ਅਤੇ ਹੁਣ ਅਸੀਂ ਆਹ ਵਲੌਗ ਕਰਦੇ ਹਾਂ ਇੱਥੇ ਐਂਡ। ਅਤੇ ਇੱਕ ਗੱਲ ਮੈਂ ਹੋਰ ਹਮੇਸ਼ਾ ਕਹਿਣਾ ਹੁੰਦਾ, ਅਸੀਂ ਕੋਈ ਬਹੁਤੇ ਘੈਂਟ ਬੰਦੇ ਹੈ ਨਹੀਂ, ਸਾਨੂੰ ਇੰਨਾ ਘੁੰਮਣਾ ਘਾਮਣਾ ਆਉਂਦਾ ਨਹੀਂ, ਬਟ ਅਸੀਂ ਹੌਲੀ ਹੌਲੀ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਵਧੀਆ ਤੋਂ ਵਧੀਆ ਅਤੇ ਘੈਂਟ ਤੋਂ ਘੈਂਟ ਵਲੌਗ ਬਣਾਈਏ। ਤੁਸੀਂ ਸਾਡੀ ਐਂ ਹੈਲਪ ਕਰਦੇ ਰਹੋ, ਬਸ ਇੱਕ ਲਾਈਕ ਦਾ ਬਟਨ ਅਤੇ ਇੱਕ ਸੋਹਣਾ ਜਿਹਾ ਕਮੈਂਟ ਕਰਨਾ ਭੁੱਲਿਆ ਨਾ ਕਰੇਗਾ। ਜਿਵੇਂ ਅੱਜ ਦਾ ਤੁਸੀਂ ਕਮੈਂਟ ਕਰਕੇ ਨਾ ਜਿਹੜੀ ਦਿਲ ਖੁਸ਼ੀ ਕੀਤਾ ਪਿਆ, ਅੱਜ ਮੈਂ ਸਾਰੇ ਕਮੈਂਟ ਲਾਈਕ ਵੀ ਕਰ ਰਹੀ। ਨਹੀਂ ਅਸੀਂ ਕਮੈਂਟ ਲਾਈਕ ਵੀ ਕਰ ਦਿੰਦੇ, ਪੜ੍ਹਦੇ ਤਾਂ ਪੱਕਾ ਹੀ ਹੁੰਦੇ, ਕਈ ਵਾਰੀ ਜਿਵੇਂ ਤੁਸੀਂ ਬਾਹਰ ਤੁਰੇ ਫਿਰਦੇ ਹੋ ਕਮੈਂਟ ਲਾਈਕ ਨਹੀਂ ਕਰਦੇ, ਪੜ੍ਹ ਪੜ੍ਹ ਕੇ ਛੱਡੀ ਜਾਂਦੇ, ਮੁੜ ਕੇ ਬਾਅਦ ਇਕੱਠੇ ਲਾਈਕ ਕਰ ਦਿੰਦੇ, ਪੜ੍ਹਦੇ ਦੇ ਨਾਲ ਦੀ ਨਾਲ ਹੀ ਰਹਿੰਦੇ ਹੁੰਦੇ ਆ ਕਮੈਂਟ, ਸਾਨੂੰ ਨੋਟੀਫਿਕੇਸ਼ਨ ਆ ਜਾਂਦੀ ਜਦੀ। ਚਲੋ ਜੀ ਹੁਣ ਆਪਾਂ ਵਲੌਗ ਕਰਦੇ ਹਾਂ ਇੱਥੇ ਐਂਡ, ਤੇ ਮਿਲਦੇ ਹਾਂ ਤੁਹਾਨੂੰ ਕਿਸੇ ਅਗਲੀ ਵੀਡੀਓ 'ਚ। ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ, ਚਾਹੇ ਪਵਨ ਹੋਵੇ ਨੀਂਦ 'ਚ। ਹੁਣ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਮੈਂ ਐਂਡ ਤੇ ਆ ਕੇ ਆਪਦੀ ਵਲੌਗ ਵਾਲੀ એનર્ਜੀ ਦਿਖਾਈ ਹੋ, ਹੁਣ ਮੈਂ 2 ਦਿਨ ਦੀ ਆਪ ਵਲੌਗ ਬਣਾ ਰਹੀ ਹਾਂ। ਹਾਂ ਹੁਣ ਦੱਸੋ ਵੀ ਪਵਨ ਵਲੌਗ ਵਧੀਆ ਬਣਾਉਂਦੀ ਹੈ ਕਮੈਂਟ ਕਰਕੇ। ਜੇ ਨਾ ਕਿਹਾ ਨਾ ਮੈਂ ਗਲਤ ਵਲੌਗ ਲਿਖਿਆ, ਇਮੋਸ਼ਨਲ ਬਲੈਕਮੇਲ। ਚਲੋ ਠੀਕ ਆ ਜੀ, ਚੰਗਾ ਬਾਏ ਬਾਏ, ਮੈਂ ਸ਼ੀਸ਼ੇ ਦੇਖਦਾ ਮਗਰ ਆਪਦੇ ਆਪ ਨੂੰ। ਯੈਸ ਚੰਗਾ ਜੀ, ਸਤਿ ਸ਼੍ਰੀ ਅਕਾਲ।